कार में ताले लगा के अमरीका गई एनआरआई बुजुर्ग औरत ने अपने ही रिश्तेदार ते उसके कार दे ताले तोड़ के कब्जा करन ते आरोप लगाए ने। अमरीका तो वापस आई एनआरआई बुजुर्ग औरत ने किया है कि जब तो अपने घर गई ता उसके घर ते कब्जा करके बैठे रिश्तेदार अते कुछ अनपछाते लोगों ने उस नाल कुटमार करनी शुरू कर दी अते उसनु घर तो बाहर छोड़ दिता। बुजुर्ग औरत ने कहा कि उसका किसी होर लोगों नाल इस मकान नु लेके अदालत विच केस चलदा सी जिसका स्टी आर्डर कोर्ट ने उसके हक विच दिता सी जिस दियां कापियां पुलिस कमिश्नर अते संबंधित थाने नु भी दित्तियां गईयां सन पर पुलिस उसका साथ नहीं दे रही। बुजुर्ग औरत ने कहा कि उसनु उसके अपने ही घर विचों कर दिता गया ते ओ इंसाफ लैण लई दर दर भटक रही है। दूजे पासे एसीपी साहब तो इस मामले की जानकारी लेनी चाहिए था उन्होंने कहा कि असी मामले की जांच कर रहे हैं। मैं अपने घर च बैठी सी घर च बैठी मैं अगे भी उसे उत्थे ही रहनी हां मैनू हुण परसों मेरे हाथ मेरी स्टे हुई है स्टे लैके मैं इन्हां नूं दिखाउणा ही पहलां तां इन्हां ने मेरी फड़ के स्टे पाड़ती ते 15-20 बंदे आले दुआले दे इकट्ठे हो के रिश्तेदार सद ले इन्हां ने अपने आ मेरा कमीज फाड़ता सारा दिखो सर आ मेरे मुंडियां ला लईयां ते मेरा फोन खो गया। ਇਹ ਸਰ ਗੁਰਤੇਜ ਸਿੰਘ ਤੇ ਗੁਰਜੋਤ ਸਿੰਘ ਤੇ ਸਰਬਜੀਤ ਸਿੰਘ ਇਹਨਾਂ ਨੇ ਹੁਣ ਆਹ ਕਰ ਰਹੀ ਹਾਂ ਪੁਲਿਸ ਕੰਪਲੇਂਟ ਕਰਨ ਆਈ ਸੀ ਹੁਣ ਤਾਂ ਆਈ ਹਾਂ ਮੈਂ ਦੋ ਤਿੰਨ ਬੰਦੇ ਇਹਨਾਂ ਨੇ ਮੂੰਹ ਬੰਨੇ ਵਾਲੇ ਲੈਂਦੇ ਜਿਹੜੇ ਮੈਂ ਪਛਾਣੇ ਨੀ ਉਹ ਮੈਨੂੰ ਚੱਕ ਕੇ ਸਰ ਕੋਠੀ ਤੋਂ ਬਾਹਰ ਦਿੱਤੇ ਮੇਰੇ ਸਿਰ 'ਚ ਬਹੁਤ ਜ਼ਿਆਦਾ ਸੱਟ ਲੱਗੀ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਮੰਗ ਮੈਨੂੰ ਨਿਆਂ ਦਵਾਇਆ ਜਾਵੇ ਸਾਹਿਬ ਮੇਰੇ ਕੋਠੀ 'ਚ ਜਿਹੜੇ ਬੰਦੇ ਬੈਠੇ ਨੇ ਉਹਨਾਂ ਦਾ ਕੋਠੀ ਨਾਲ ਕੋਈ ਇਲਾਕਾ ਦੇ ਗਏ ਨੇ ਸਰ ਪੁਲਿਸ ਉਹਨੂੰ ਜਿੰਦਾ ਲਾ ਦੇਵੇ ਪਰ ਮੇਰੀ ਕੋਠੀ ਮੈਨੂੰ ਵੇਖਣੀ ਚਾਹੀਦੀ ਹੈ ਜੇ ਉਹਨਾਂ ਨੇ ਮੈਨੂੰ ਨਹੀਂ ਵੜਨ ਦੇਣਾ ਕੋਈ ਨਹੀਂ ਵੜਦਾ। ਇਹਦੇ ਕਾਗਜ਼ ਮੇਰੇ ਨਾਮ 'ਤੇ ਨੇ ਜੀ ਮੇਰੇ ਬੱਚਿਆਂ ਦੇ ਨਾਮ 'ਤੇ ਇਹਨਾਂ ਨੂੰ ਕੋਈ ਪਰਪਜ਼ ਨਹੀਂ ਦਿੱਤਾ ਸਰ ਮੈਂ ਮੇਰਾ ਦੂਜੀ ਕਿਸੇ ਹੋਰ ਪਾਰਟੀ ਨਾਲ ਡਿਸਪਿਊਟ ਚੱਲਦਾ ਸੀਗਾ ਜਿਹਦੇ ਵਿੱਚੋਂ ਮੈਂ ਚਲੀ ਗਈ ਆਪਣਾ ਅਮੈਰੀਕਾ ਨੂੰ ਜਿੰਦੇ ਲਾ ਕੇ ਅਤੇ ਇਹਨੇ ਸੀਟੂ ਆਪਣੇ ਭੁਪਿੰਦਰਪਾਲ ਸਿੰਘ ਅਤੇ ਸਰਬਜੀਤ ਸਿੰਘ ਨੇ ਰਲ ਕੇ ਮੇਰੇ ਜਿੰਦੇ ਭੰਨੇ ਨੇ ਜਿੰਦੇ ਭੰਨ ਕੇ ਮੇਰੀ ਕੋਠੀ 'ਚ ਵੜੇ ਨੇ ਸਰ ਆਹ ਕੰਮ ਹੋਇਆ। ਇਸ ਤੋਂ ਬਾਅਦ ਮੈਨੂੰ ਨਹੀਂ ਪਤਾ ਫਿਰ ਇਹ ਕੀ ਇਹ ਕਹਿੰਦੇ ਅਸੀਂ ਕਾਗਜ਼ ਹਾਂ ਅਸੀਂ ਮਾਲਕ ਹੈ ਅਸੀਂ ਸਾਡਾ ਕਬਜ਼ਾ ਮੈਨੂੰ ਦੱਸੋ ਕਿਵੇਂ ਇਹਨਾਂ ਦਾ ਕਬਜ਼ਾ ਮਤਲਬ ਉਹਨਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਉਹਨਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਜਿਹੜੇ ਚਾਰ ਜਾਣੇ ਵਿੱਚ ਬੈਠੇ ਨੇ ਸਰਬਜੀਤ ਸਿੰਘ ਅਤੇ ਲਾਲੀ ਦਾ ਮੈਨੂੰ ਨਾਂ ਨਹੀਂ ਪਤਾ ਹਰਦੀਪ ਕੌਰ ਹੈ ਸ਼ਾਇਦ ਉਹਦਾ ਨਾਂ ਉਹਦੀ ਘਰ ਵਾਲੀ ਆਪਣੇ ਭੁਪਿੰਦਰਪਾਲ ਸਿੰਘ ਜਿਹਨੂੰ ਟੀਟੂ ਕਹਿੰਦੇ ਨੇ ਉਰਸ ਟੀਟੂ ਅਤੇ ਉਹਦੀ ਘਰ ਵਾਲੀ ਜੀਤ ਇਹ ਚਾਰ ਜਾਣੇ ਉੱਥੇ ਵਿੱਚ ਬੜੇ ਬੈਠੇ ਨੇ ਅਤੇ ਮੈਨੂੰ ਕੁੱਟਦੇ ਨੇ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।